ਲੁਧਿਆਣਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ। ਲੱਗਦਾ ਹੈ ਉਹਨਾਂ 'ਚ ਪੁਲਿਸ ਦਾ ਕੋਈ ਖੌਫ ਨਹੀਂ ਰਹਿ ਗਿਆ। ਤਾਜ਼ਾ ਮਾਮਲਾ ਲੁਧਿਆਣਾ ਦੇ ਨੂਰਵਾਲਾ ਰੋਡ ਸਥਿਤ ਆਨੰਦਪੁਰੀ ਕਾਲੋਨੀ ਇਲਾਕੇ ਦਾ ਹੈ, ਜਿੱਥੇ ਚੋਰਾਂ ਨੇ ਇੱਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ 1.5 ਲੱਖ ਰੁਪਏ ਕੈਸ਼, 5 ਤੋਲੇ ਸੋਨਾ ਅਤੇ 20 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਦੀ ਇਹ ਵਾਰਦਾਤ CCTV ਕੈਮਰੇ 'ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਸਵੇਰੇ ਕਰੀਬ 5 ਵਜੇ ਦੀ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮੈਨੂੰ 5:45 ਦਾ ਟਾਈਮ ਆ ਰਿਹਾ CCTV ਕੈਮਰੇ ਦੇ ਵਿੱਚ, ਅਤੇ ਸਾਨੂੰ ਤਾਂ 6 ਵਜੇ ਅਸੀਂ ਉੱਠ ਕੇ ਦੇਖਿਆ ਤਾਂ ਤਾਂ ਪਤਾ ਲੱਗਿਆ ਹੁਣ ਤਾਂ ਚੋਰੀ ਕੈਸ਼ ਅਤੇ ਜੇਵਰ ਰੱਖ ਗਏ ਸਾਡੇ। CCTV 'ਚ 2 ਬੰਦੇ ਆ ਰਹੇ ਆ ਨਜ਼ਰ, ਹਾਂਜੀ, ਬਾਈਕ 'ਤੇ ਆਏ ਆ ਅਤੇ ਕਰਕੇ ਗਏ ਆ ਉਹ। ਅਸੀਂ ਨਾਲ ਦੇ ਆਪਣੇ ਸਾਡੀ ਮਦਰ ਦੀ ਡੈਥ ਹੋ ਗਈ ਸੀਗੀ, ਅਸੀਂ ਨਾਲ ਉੱਧਰ ਸੁੱਤੇ ਹੋਏ ਸੀਗੇ, ਬਿਲਕੁਲ ਜਸਟ ਦੀਵਾਰ ਨਾਲ ਹੀ ਹੈ ਅਤੇ ਉੱਥੇ ਸੁੱਤੇ ਹੋਏ ਸੀਗੇ, ਮਤਲਬ ਉੱਧਰ ਸਾਡਾ ਲੋਕ ਲੱਗਾ ਹੋਇਆ ਸੀਗਾ। ਟਾਈਮ 5:45 ਦਾ ਆ ਰਿਹਾ ਜੀ ਚੋਰੀ ਦਾ ਟਾਈਮ। ਪੁਲਿਸ ਲੱਗੀ ਹੋਈ ਆਪਣੀ ਕਾਰਵਾਈ ਕਰਦੀ ਪਈ ਹੈ, ਦੇਖਦੇ ਪਏ, ਚੈੱਕ ਕਰਦੇ ਪਏ, CCTV ਕੈਮਰੇ ਚੈੱਕ ਕਰਦੇ ਪਏ ਹੈ, ਹਾਂਜੀ, ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ ਜਿੱਦਾਂ ਜੋ ਵੀ ਕਰਦੇ। ਸਾਨੂੰ ਇਨਫੋਰਮੇਸ਼ਨ 7:30 ਵਜੇ ਜੀ, ਹਾਂਜੀ, ਘਰ ਦੇ ਵਿੱਚ ਨਹੀਂ ਤਾਲਾ ਲੱਗਾ ਸੀ ਬਾਹਰ, ਬਾਕੀ ਸਾਰੇ ਅੰਦਰ ਖੁੱਲ੍ਹੇ ਸੀ। ਹਾਂਜੀ, ਫੁਟੇਜ ਆ ਗਈ ਹੈ, ਫੁਟੇਜ ਹੁਣ ਤੋਂ ਚੈੱਕ ਕਰਕੇ ਦੇਖਦੇ ਹਾਂ। ਚੋਰੀ 1.5 ਲੱਖ ਕੈਸ਼ ਦੱਸਦੇ ਆ, 5 ਤੋਲੇ ਸੋਨਾ ਆ ਅਤੇ 20-25 ਤੋਲੇ ਚਾਂਦੀ, ਹੋਰ ਕੋਈ ਚੀਜ਼ ਨਹੀਂ ਗਈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।